ਸਾਰੇ ਸ਼ਿਕਾ ਸਾਰੇ ਨੂੰ ਆਈ ਹੋਪ ਸਾਰੇ ਜਣੇ ਵਧੀਆ ਹੋਵਗੇ ਤੇ ਆਪਾਂ ਅੱਜ ਲੈ ਕੇ ਆ ਗਏ ਆ ਪਰਪਲ ਹਾਲ ਪਰਪਲ ਮੇਕਅਪ ਹਾਲ ਤੇ ਪਰਪਲ ਤੇ ਜਿਹੜਾ ਉਹ 20 ਤੋਂ 27 ਫੈਬ ਜਿਹੜੀ ਉਹ ਸੇਲ ਲੱਗੀ ਹੋਈ ਆ ਅਪ ਟੂ 50 ਤੁਸੀਂ ਜਾ ਕੇ ਜਿਹੜਾ ਪਰਚੇਸ ਕਰ ਸਕਦੇ ਹੋ ਤੇ ਆਪਾਂ ਸ਼ੁਰੂ ਕਰਦੇ ਆ ਪਰਪਲ ਹਾਲ ਜਿਹੜਾ ਮੈਂ ਪਰਚੇਸ ਕੀਤੀਆਂ ਇਹ ਚੀਜ਼ਾਂ ਮੇਕਅਪ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲੇ ਆ ਪਲਮ ਪਲਮ ਦਾ ਇਹ ਹੈ ਮੋਇਸਚਰਾਈਜ਼ਰ ਇਹਦਾ ਰਿਵਿਊ ਮੈਂ ਬੜਾ ਵੇਖਿਆ ਹੀ ਤੇ ਇਹਨੂੰ ਯੂਜ਼ ਕਰਕੇ ਵੇਖਾਂਗੇ ਮੈਂ ਪਹਿਲੀ ਵਾਰੀ ਇਹਨੂੰ ਯੂਜ਼ ਕਰਨਾ ਪਲਮ ਨੂੰ ਇਹਦਾ ਮੋਇਸਚਰਾਈਜ਼ਰ ਤੇ ਇਹਨੂੰ ਯੂਜ਼ ਕਰਕੇ ਵੇਖਾਂਗੇ ਇਸ ਸਮੈਲ ਵੀ ਕਾਫੀ ਨਾਈਸ ਆ ਸਮੈਲ ਵੀ ਕਾਫੀ ਅੱਛੀ ਆਏ ਗ੍ਰੀਨ ਟੀ ਫਲੇਵਰ ਹੈ ਗ੍ਰੀਨ ਟੀ ਫਲੇਵਰ ਹੈ ਤੇ ਇਹਦੇ ਵਿੱਚ ਜਿਹੜਾ 50 ml ਆ ਐ ਮੈਨੂੰ ਮਿਲਿਆ ਸੀ ਉਹ ਮੈਂ ਲਿੰਕ ਜਿਹੜਾ ਡਿਸਕ੍ਰਿਪਸ਼ਨ ਤੇ ਦੇ ਦਾਂਗੀ ਸਾਰੇ ਪ੍ਰੋਡਕਟ ਦਾ ਤੇ ਤੁਸੀਂ ਉੱਥੇ ਜਿਹੜਾ ਚੈੱਕਆਊਟ ਕਰ ਸਕਦੇ ਹੋ ਤੇ ਬਾਈ ਕਰ ਸਕਦੇ ਹੋ ਤੇ ਮੇਰਾ ਮੇਕਅਪ ਲੁੱਕ ਤੁਹਾਨੂੰ ਕਿਸ ਤਰ੍ਹਾਂ ਲੱਗਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਆਪਾਂ ਜਰੂਰ ਹੁਣ ਜਿਹੜਾ ਪਰਪਲ ਹੌਲ ਮੈਂ ਤੁਹਾਨੂੰ ਸ਼ੇਅਰ ਕਰੀਏ ਇਹਦੇ ਨਾਲ ਰਿਲੇਟਡ ਜਿਹੜਾ ਉਹ ਮੇਕਅਪ ਜਿਹੜਾ ਉਹ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਹ ਪ੍ਰੋਡਕਟ ਦੇ ਨਾਲ ਅਗਲੇ ਦੂਸਰਾ ਇਹ ਫਾਊਂਡੇਸ਼ਨ ਹੈ મેબલਿੰਦੀ મેબલਿੰਦੀ ફાઉન્ડેશન હે 24 અવર સુપર સ્ટે 24 અવર ફૂલ કવરેજ ફાઉન્ડેશન ਤੇ ਇਹ ਮੇਰਾ મતલਬ ਇਹ ਮੇਰੀ ફેવરિટ ફાઉન્ડેશન ਆ ਤੇ ਮੇਰਾ શેડ ਆ 128 ન્યુડ ਤੇ ઇહી મે જ્યાદતર ਜਿਹੜਾ ਇਹੋ ਯੂਜ਼ ਕਰਦੀ ਆ ਤੇ ਆਪਣੀ ਸ਼ੇਡ ਦੇ ਅਕੋਰਡਿੰਗ ਤੁਸੀਂ ਜਿਹੜਾ ਉਹ ਮੰਗਵਾ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਫੁੱਲ ਕਵਰੇਜ ਹੋ ਜਾਂਦੀ ਹੈ ਜੋ ਵੀ ਦਾਗ ਵਗੈਰਾ ਹੁੰਦੇ ਸਾਡੇ ਫੇਸ ਤੇ ਉਹ ਜਿਹੜੇ ਕਵਰ ਹੋ ਜਾਂਦੇ ਇਹਦੇ ਨਾਲ ਹੀ ਤੇ ਕੰਸੀਲਰ ਲਗਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈ ਕਿ ਮੈਂ ਜਿਹੜਾ ਆਪਣੇ ਫੇਸ ਤੇ ਜਿਹੜਾ ਇਹਨੂੰ ਯੂਜ਼ ਕੀਤਾ ਅੱਜ ਤੇ ਕੋਈ ਵੀ ਮਤਲਬ ਕੰਸੀਲਰ ਵਗੈਰਾ ਨਹੀਂ ਲਗਾਇਆਗਾ ਤੇ ਇਹਨੇ ਫੁੱਲ ਕਵਰੇਜ ਲੈ ਲਈ ਉਹ ਦੇ ਦਿੱਤੀ ਅੱਗੇ ਅੱਗੇ ਮੇਕਅਪ ਰੈਵਲੂਸ਼ਨ ਦਾ ਕੌਂਟੋਰ ਇਹ ਵੀ ਮੈਂ ਪਹਿਲੀ ਵਾਰੀ ਮੰਗਵਾਇਆ ਬਟ ਇਹਨੂੰ ਮੈਂ ਓਪਨ ਨਹੀਂ ਕੀਤਾ ਮੈਂ ਓਪਨ ਕਰਦੇ ਆ ਬਹੁਤ ਹੀ ਅੱਛੀ ਤਰ੍ਹਾਂ ਇਹਨੂੰ ਜਿਹੜਾ ਪੈਕ ਕੀਤਾ ਹੋਇਆ ਹੈ ਟੁੱਟਣ ਦਾ ਕੋਈ ਖਤਰਾ ਨਹੀਂ ਹੋਗਾ ਤੁਹਾਡੇ ਸਾਹਮਣੇ ਹੀ ਓਪਨ ਕਰਦੀ ਆਂ ਨੂੰ ਓਪਨ ਕਰਦੇ ਆ ਇਹ ਇੱਕ ਕੰਟੋਰਿੰਗ ਇਹਦੇ ਵਿੱਚ ਤਿੰਨ ਸ਼ੇਡ ਦਿੱਤੀਆਂ ਹੋਈਆਂ ਇਹ ਡਾਰਕ ਇਹ ਥੋੜੀ ਜਿਹੀ ਸ਼ਿਮਰੀ ਸ਼ੇਡ ਆ ਤੁਹਾਨੂੰ ਪਤਾ ਨਹੀਂ ਕਲੀਅਰ ਹੋ ਰਹੀ ਹੋਏਗੀ ਕਿ ਨਹੀਂ ਇਹ ਥੋੜੀ ਜਿਹੀ ਸ਼ਿਮਰੀ ਆ ਤੇ ਇਹ ਲਾਈਟ ਤਿੰਨ ਸ਼ੇਡ ਜਿਹੜੀਆਂ ਕੰਟੋਰ ਵਿੱਚ ਜਿਹੜੀਆਂ ਮਿਲੀਆਂ ਤੁਸੀਂ ਅਪਰ ਕੋਰਡਿੰਗ ਕੋਈ ਵੀ ਕਰ ਸਕਦੇ ਹੋ ਇਹ ਵੀ ਮੈਂ ਪਹਿਲੀ ਵਾਰੀ ਮਤਲਬ ਰੈਵੋਲੂਸ਼ਨ ਦਾ ਜਿਹੜਾ ਪਹਿਲੀ ਵਾਰੀ ਮੰਗਵਾਇਆ ਇਹਨੂੰ ਵੀ ਯੂਜ਼ ਕਰਕੇ ਵੇਖਾਂਗੇ ਫਿਰ ਨਾਲ ਸ਼ੇਅਰ ਕਰਾਂਗੇ ਜਰੂਰ ਅੱਗੇ ਮੈਂ ਵਾਉ ਦੀ অ্যালোਵੇਰਾ ਮੰਗਾਈ অ্যালোਵੇਰਾ ਜੈਲ ਕਿ ਜਿੱਦਾਂ ਹੀ ਪ੍ਰਾਈਮਰ ਵਗੈਰਾ ਯੂਜ਼ ਨਾ ਕਰਨਾ ਹੋਵੇ ਤੇ ਇਹ ਜਿਹੜਾ অ্যালোਵੇਰਾ ਜਿਹੜਾ ਉਹ ਡੇਲੀ بیس ਤੇ ਜਿਹੜਾ ਉਹ ਯੂਜ਼ ਕਰ ਸਕਦੇ ਆ ਜੇ ਡੇਲੀ ਮੇਕਅਪ ਕਰਨਾ ਹੋਵੇ ਤੇ ਪ੍ਰਾਈਮਰ ਜਿਹੜਾ ਨਹੀਂ ਲਗਾਉਂਦੇ ਆਪਾਂ ਤੇ ਜਿਹੜਾ অ্যালোਵੇਰਾ ਨੂੰ ਉਹ ਲਗਾ ਸਕਦੇ ਆ ਪ੍ਰਾਈਮਰ ਦੇ ਤੌਰ ਤੇ ਤੇ ਇਹ ਮੈਂ ਵਾਉ ਦੀ ਮੰਗਵਾਈ ਇਹਦੇ ਵਿੱਚ 130 130 ml ਆਇਆ ਕਾਫੀ ਬਿੱਗਾ ਕਾਫੀ ਟਾਈਮ ਜਿਹੜਾ ਤੁਹਾਡਾ ਉਹ ਇਹਦੇ ਨਾਲ ਜਿਹੜਾ ਉਹ ਹੋ ਜਾਂਦਾ ਲੰਘ ਜਾਂਦਾ ਅੱਗੇ ਅੱਗੇ ਸਵਿਸ ਬਿਊਟੀ ਦੀ ਆ ਸ਼ੇਪ ਮਾਈ ਬਰੋਜ਼ ਆਈਬ੍ਰੋ ਫਿਲ ਕਰਨ ਵਾਸਤੇ ਪਾਊਡਰ ਆਈਬ੍ਰੋ ਇਹਨਾਂ ਆਈਬ੍ਰੋ ਤੇ ਫਿਲ ਕਰ ਸਕਦੇ ਹੋ ਇਹ ਜਿਹੜਾ ਡਾਰਕ ਬ੍ਰਾਊਨ ਕਲਰ ਆ ਇਹਦੇ ਨਾਲ ਤੁਸੀਂ ਕੌਂਟੋਰ ਵੀ ਕਰ ਸਕਦੇ ਹੋ ਤੇ ਸ਼ੇਡ ਕਾਫੀ ਸੁੰਦਰ ਆ ਇਹਦੇ ਵਿੱਚ ਤੇ ਮਿਰਰ ਵੀ ਲੱਗਾ ਹੋਇਆ ਹੈ ਇਹਦੇ ਵਿੱਚ ਤੇ ਨਾਲ ਇਹਦੇ ਛੋਟਾ ਜਿਹੜਾ ਐਂਗਲ ਬ੍ਰਸ਼ ਜਿਹੜਾ ਦਿੱਤਾ ਆ ਐਂਗਲ ਬ੍ਰਸ਼ ਇਹਦੇ ਨਾਲ ਜਿਹੜਾ ਆਈਬ੍ਰੋ ਦੀ ਜਿਹੜੀ ਸ਼ੇਪ ਬੜੀ ਵਧੀਆ ਬਣਦੀ ਹੈ ਇਹਦੇ ਨਾਲ ਤੁਸੀਂ ਮਤਲਬ ਕੌਂਟੋਰ ਵੀ ਕਰ ਸਕਦੇ ਹੋ ਆਪਣੇ ਨੋਜ਼ ਨੂੰ ਚੀਕਸ ਨੂੰ ਕੰਟੋਰ ਕਰ ਸਕਦੇ ਹੋ ਅੱਗੇ ਅੱਗੇ ਮੈਂ ਮੰਗਵਾਇਆ ਹੈ 글리ਟਰ 글리터 아이ਸ਼ੈਡੋ ਆ ਇਹਦੇ ਵਿੱਚ ਮਿਲੀਆਂ ਏ 6 6 ਪੈਕੇਜ ਮਿਲੀ ਆ 1 2 3 4 5 6 ਸਾਰੇ ਕਲਰ ਇਹਦੇ ਵਿੱਚ ਇਹਦੀ ਜਿਹੜੀ ਵੀਡੀਓ ਤੁਹਾਨੂੰ ਅਲੱਗ ਜਿਹੜੀ ਦੇਖਣ ਵਾਸਤੇ ਮਿਲੇਗੀ ਤੇ ਇਹਦੇ ਵਿੱਚ ਤੁਹਾਨੂੰ ਮੈਂ ਦੱਸਾਂਗੀ ਕਿ ਕਿਹੜੀ ਕਿਹੜੀ ਸ਼ੇਡ ਆ ਤੇ ਉਹਦਾਂ ਜਿਹੜੀ ਉਹ ਸ਼ੇਅਰ ਕਰਾਂਗੇ ਤੇ ਇਹਦੇ ਨਾਲ ਮੇਕਅਪ ਲੁੱਕ ਵੀ ਤੜਨਾ ਕ੍ਰੀਏਟ ਕਰਕੇ ਉਹ ਵੀ ਤੜਨਾ ਸ਼ੇਅਰ ਕਰਾਂਗੇ ਤੇ ਇਹਦੇ ਵਿੱਚ ਕਿਹੜੀ ਕਿਹੜੀ ਸ਼ੇਡ ਆ ਉਹ ਤੁਹਾਨੂੰ ਜਿਹੜੀ ਉਹਦੇ ਵਿੱਚ ਜਿਹੜੀ ਦੇਖਣ ਵਾਸਤੇ ਮਿਲੇਗੀ ਦੀ ਵੱਖਰੀ ਜਿਹੜੀ ਵੀਡੀਓ ਬਣਾਵਾਂਗੇ ਤੇ ਮੈਟਾਲਿਕ ਆਈ ਸ਼ੈਡੋ ਹੈ ਸਾਰੀ ਮੈਟਾਲਿਕ ਆ ਇਹ ਉਦੋਂ ਓਪਨ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਇਹ ਇਹਦੀ ਐਮ ਆਰ ਪੀ ਆ 1194 ਤੇ ਇਹ ਮੈਨੂੰ ਕਾਫੀ ਡਿਸਕਾਊਂਟ ਵਿੱਚ ਜਿਹੜੀ ਮਿਲੀ ਆ 4 ਸਮਥਿੰਗ ਥੋੜੀ ਮਿਲੀ ਆ ਤੇ ਇਹਦੇ ਵਿੱਚ ਜਿਹੜਾ ਕਾਫੀ ਜਿਹੜਾ ਆਫ ਚੱਲ ਰਿਹਾ ਹੈ ਇਹਦੇ ਨਾਲ ਜਿਹੜਾ ਮੈਨੂੰ ਇਹ ਮਿਲਿਆ ਵਾਓ ਬ੍ਰਾਈਟਨਿੰਗ ਵਿਟਾਮਿਨ ਸੀ ਫੇਸ ਵਾਸ਼ ਵਾਉ ਦਾ ਇਹ ਨਾਲ ਜਿਹੜਾ ਉਹ ਫ੍ਰੀ ਮਿਲਿਆ ਕੋਈ ਵੀ ਤੁਸੀਂ ਜਿਹੜੀ ਹੁਣ ਪਰਪਲ ਤੋਂ ਜੇ ਕੋਈ ਵੀ ਚੀਜ਼ ਪਰਚੇਸ ਕਰਦੇ ਹੋ ਦੇ ਨਾਲ ਜਿਹੜਾ ਉਹ ਕੋਈ ਨਾ ਕੋਈ ਚੀਜ਼ ਜਿਹੜੀ ਉਹ ਫ੍ਰੀ ਜਿਹੜੀ ਉਹ ਮਿਲਦੀ ਆ ਹਾਂ ਐਸੀ ਮੇਰਾ ਪਰਪਲ ਹਾਲ ਤੇ ਇਹ ਮੇਕਅਪ ਪ੍ਰੋਡਕਟਾਂ ਨੂੰ ਕਿਸ ਤਰ੍ਹਾਂ ਲੱਗੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਹ ਜਿਹੜਾ ਵਾ ਪ੍ਰੋਡਕਟ ਜਿਹੜੇ ਸਾਰੇ ਬੜੇ ਵਧੀਆ ਵਾ ਇਹਦੇ ਨਾਲ ਮੇਕਅਪ ਕ੍ਰੀਏਟ ਕਰਾਂਗੇ ਲੁੱਕ ਤੇ ਤੁਹਾਨੂੰ ਸ਼ੇਅਰ ਕਰਾਂਗੇ ਕੇ ਮੇਕਅਪ ਜਿਹੜਾ ਉਹ ਕਿਸ ਤਰ੍ਹਾਂ ਦਾ ਪਰਪਲ ਤੋਂ ਜਿਹੜਾ ਪਹਿਲੀ ਵਾਰੀ ਜਿਹੜਾ ਮੇਕਅਪ ਦਾ ਜਿਹੜਾ ਸਮਾਨ ਵਗੈਰਾ ਵਾ ਪ੍ਰੋਡਕਟ ਜਿਹੜੇ ਉਹ ਮੰਗਵਾਏ ਆ ਤੇ ਇਹ ਤੁਹਾਨੂੰ ਕਿਸ ਤਰ੍ਹਾਂ ਲੱਗੇ ਕਮੈਂਟ ਕਰਕੇ ਜੁੜ ਦੱਸਿਓ ਤੇ ਵੀਡੀਓ ਨੂੰ ਵੱਧ ਵੱਧ ਜਿਹੜਾ ਸ਼ੇਅਰ ਕਰਦੇ ਵੱਧ ਵੱਧ ਪਿਆਰ ਦਿਓ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਬਾਏ